ਲਓ ਜੀ ਪਾ ਤੇ ਪਟਾਕੇ ਮਾਤੂ ਸ਼੍ਰੀ ਦਸਤਾਰ ਨੇ ਸੂਟਾਂ ਦੇ ਰੇਟਾਂ 'ਚ ਪਾ ਤੇ ਪਟਾਕੇ, ਜਿਹੜੇ ਬਾਜ਼ਾਰਾਂ 'ਚ ਲੈਂਦੇ ਹੋ 1200 ਦੇ ਦੋ, ਮਾਤੂ ਸ਼੍ਰੀ ਦਸਤਾਰ ਨੇ ਕਰਤੇ 500 ਦੇ ਦੋ, ਮਤਲਬ 250 ਰੁਪਏ ਦਾ ਸੂਟ। ਸੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ, ਜਿਹੜੇ ਰੀਸੇਲਰ ਆ, ਜਿਹੜੇ ਦੁਕਾਨਦਾਰ ਆ, ਜਿਹੜੇ ਫੇਰੀ ਲਾ ਕੇ ਕੱਪੜਾ ਵੇਚਦੇ ਆ, ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ, ਬਹੁਤ ਵੱਡੇ ਫਾਇਦੇ ਹੋਣੇ ਆ। ਤੁਸੀਂ ਮਿੱਲਾਂ 'ਚ ਜਾਂਦੇ ਹੋ, ਤੁਸੀਂ ਫੈਕਟਰੀਆਂ 'ਚ ਜਾਂਦੇ ਹੋ, ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਹੋਲਸੇਲਰ ਕਹਿੰਦੇ ਉਹਨਾਂ ਕੋਲ ਜਾਂਦੇ ਹੋ, ਉਹ ਕਹਿੰਦੇ ਸਾਡੇ ਕੋਲੋਂ ਸੈੱਟ ਬਾਏ ਸੈੱਟ ਮਾਲ ਲਓ, ਚਾਰ ਚਾਰ ਸੂਟ ਲੈ ਕੇ ਜਾਓ। ਪਰ ਇੱਥੇ ਇੱਦਾਂ ਦੀ ਕੋਈ ਸ਼ਰਤ ਨਹੀਂ, ਭਾਵੇਂ ਇੱਕ ਇੱਕ ਲੈ ਜਾਓ, ਦੋ ਦੋ ਲੈ ਜਾਓ। ਬਿਲਕੁਲ ਜੀ, 500 ਦੇ ਦੋ ਲਓ ਜੀ, ਸ਼ਰਤਾਂ ਕੋਈ ਨਹੀਂ ਆ, ਤੁਹਾਡੇ ਮਤਲਬ ਦੇ ਸੂਟ, ਤੁਹਾਡੇ ਮਤਲਬ ਰੇਟ। ਹੁਣ ਛੋਟੇ ਦੁਕਾਨਦਾਰ ਵਾਸਤੇ ਆ ਭਾਰੀ ਵਿਸਾਖੀ ਦਾ ਆਫਰ ਲੱਗ ਗਈ ਬਹੁਤ ਵੱਡੀ, ਆ 250-250 ਰੁਪਏ ਦੇ ਸੂਟ ਆਲ ਓਵਰ ਭਾਜੀ, 250-250 ਦੇ ਇੱਕ ਸੂਟ ਲੈ ਜਾਓ, ਪੰਜ ਲੈ ਜਾਓ, ਅਲੱਗ ਅਲੱਗ ਡਿਜ਼ਾਈਨ ਲੈ ਜਾਓ, ਚਾਰ ਸੈੱਟ ਦਾ ਰੌਲਾ ਹੀ ਮੁਕਾਤਾ ਜੀ। ਦੋ ਦੋ ਰੁਪਏ ਦੇ ਮਾਰਜਨ ਤੇ ਮਾਤੂ ਸ਼੍ਰੀ ਦਸਤਾਰ ਦੇ ਰਿਹਾ ਸੂਟ, ਆ ਜਾਓ, ਜਿਹੜਾ ਪਹਿਲਾਂ ਆ ਜਾਓ, ਵੱਡੇ ਫਾਇਦੇ ਹੋ ਜੂਗੇ। 20-20 ਹਜ਼ਾਰ ਰੁਪਏ ਨਾਲ, 25-25 ਹਜ਼ਾਰ ਰੁਪਏ ਦੇ ਨਾਲ ਆਪਣਾ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰ ਲਓ, ਬਹੁਤ ਜ਼ਿਆਦਾ ਪੈਸੇ ਤੁਸੀਂ ਕਮਾਓਗੇ। ਬਹੁਤ ਸਾਰੇ ਲੋਕਾਂ ਨੇ ਮਾਤੂ ਸ਼੍ਰੀ ਦਸਤਾਰ ਨਾਲ ਜੁੜ ਕੇ ਆਪਣੀਆਂ ਦੁਕਾਨਾਂ ਖੋਲੀਆਂ, ਤੁਸੀਂ ਵੀ ਪਿੱਛੇ ਨਾ ਰਹੋ। ਲਓ ਜੀ, ਘਰ ਦੇ ਵਿੱਚ ਵਿਹਲੇ ਨਾ ਬੈਠੋ ਭੈਣਾ, ਤੁਸੀਂ ਆਪਦੇ ਘਰ ਬੈਠੇ ਹੀ ਕੰਮ ਸ਼ੁਰੂ ਕਰ ਲਓ। ਆ ਚੱਕੋ ਪਿਓਰ ਕੈਂਬਰੀ ਕਾਟਨ ਦਾ ਤੂੰ 350 ਰੁਪਏ ਦਾ, ਆ ਚੱਕੋ 350 ਰੁਪਏ ਦਾ ਇੱਕ, 700 ਰੁਪਏ ਦੇ ਦੋ। ਦੇਖੋ ਜੀ, ਬਹੁਤ ਸਾਰੇ ਡਿਜ਼ਾਈਨ ਆ, ਬਹੁਤ ਸਾਰੀਆਂ ਵਰਾਇਟੀਆਂ। ਜਿਹੜੇ ਕਹਿੰਦੇ ਸਾਡੇ ਨਿਆਣੇ ਚੰਗੇ ਸਕੂਲਾਂ 'ਚ ਪੜ੍ਹਨ, ਅਸੀਂ ਵੀ ਚੰਗੇ ਹੋਟਲਾਂ 'ਚ ਜਾਣਾ, ਅਸੀਂ ਵੀ ਐਕਟਿਵਾ ਬਦਲ ਕੇ ਗੱਡੀ ਲੈਣੀ ਆ, ਅਤੇ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰ ਲਓ। ਮਾਤੂ ਸ਼੍ਰੀ ਦਸਤਾਰ ਕਰਦੀਆਂ ਕਰ ਰਿਹਾ ਪੂਰੀ ਸਪੋਰਟ। ਇੰਨਾ ਸਸਤਾ ਕੱਪੜਾ, ਇੰਨਾ ਟੌਪ ਦਾ ਕੱਪੜਾ, ਇੰਨੀ ਵਰਾਇਟੀ ਕਿਸੇ ਨੇ ਨਹੀਂ ਦੇਣੀ। ਆ ਜਾਓ ਤੇ ਲੁੱਟ ਲਓ ਮੇਲਾ। ਆ ਵੀ ਚੱਕੋ ਜੀ, ਪਿਓਰ ਮਸਲੀਨ ਦੇ ਸੂਟ ਆ ਗਏ ਜੀ, 400-400 ਰੁਪਏ ਦੇ ਵਿੱਚ, ਡਿਜ਼ਾਈਨ ਚੈੱਕ ਕਰ ਲਓ ਜੀ, 400 ਦਾ ਲੈ ਕੇ ਘੱਟ ਮਾਰਜਨ ਤੇ ਵੇਚ ਹੀ ਚਲੋ। ਸਾਡੇ ਕੋਲ ਇੱਕ ਸੂਟ ਲੈ ਲਓ, ਦੋ ਸੂਟ ਲੈ ਲਓ, ਜਿੰਨੇ ਮਰਜ਼ੀ ਸੂਟ ਲੈ ਲਓ, 400-400 ਰੁਪਏ ਸੇਲ ਲਾਤੀ ਹੈ ਜੀ। ਆ ਜਾਓ, ਆ ਜਾਓ, ਆ ਜਾਓ, ਹੁਣ ਕਰਦੀਆਂ ਦੇ ਵਿੱਚ ਆ ਜਾਓ ਜੀ। ਢੇਰ ਲਾਤੇ ਢੇਰ ਸੂਟਾਂ ਦੇ, ਰੰਗ ਬਹੁਤ ਸੋਹਣੇ ਆ, ਵਰਾਇਟੀਆਂ ਬਹੁਤ ਸੋਹਣੀਆਂ। ਬਾਜ਼ਾਰ ਦਾ ਰੇਟ 1000 ਇੱਕ ਸੂਟ ਦਾ, ਅਸੀਂ ਤੁਹਾਨੂੰ ਦੇ ਦੇਣਾ 400 ਰੁਪਏ ਦਾ ਇੱਕ ਸੂਟ। ਜਿੱਥੇ ਮਰਜ਼ੀ ਚਲ ਜਾਓ, ਜਿੱਥੇ ਮਰਜ਼ੀ ਭੱਜ ਲਓ, ਸਾਡੇ ਜਿੰਨਾ ਸਸਤਾ, ਸਾਡੇ ਜਿੰਨੀ ਹਾਈ ਕੁਆਲਿਟੀ ਦਾ ਕੱਪੜਾ ਕਿਤੋਂ ਨਹੀਂ ਮਿਲਣਾ ਤੁਹਾਨੂੰ। ਗਰੰਟੀ ਲੈਂਦੇ ਆ ਜੀ, ਅਸੀਂ ਗਰੰਟੀ ਲੈਂਦੇ, ਠੋਕ ਕੇ 10,000 ਰੁਪਇਆ, 5,000 ਰੁਪਇਆ ਲੈ ਕੇ ਆਓ, 6,000-7,000 ਰੁਪਇਆ ਕਮਾ ਕੇ ਜਾਓਗੇ। ਆ ਚੱਕੋ ਡਿਜੀਟਲ ਸੂਟ ਆ ਗਏ ਦੁਬਈ ਵਾਲੇ, ਮਾਰਕੀਟ ਦੇ ਵਿੱਚ ਰੇਟ ਚਾਹੇ ਹੋਲਸੇਲ ਜਾਂ ਵੱਡੀਆਂ ਵੱਡੀਆਂ ਮਾਰਕੀਟਾਂ, ਲੁਧਿਆਣਾ, ਚੰਡੀਗੜ੍ਹ, ਦਿੱਲੀ, ਮੋਹਾਲੀ, ਜਿੱਥੇ ਮਰਜ਼ੀ ਭੱਜ ਲਓ। ਆਹ ਸਿੰਗਲ ਸਿੰਗਲ ਸੂਟ ਦੇ ਰਹੇ ਆ, 500 ਰੁਪਏ ਦਾ ਇੱਕ, 1000 ਰੁਪਏ ਦੇ ਦੋ। ਆਹ ਚੱਕੋ ਜੀ, ਲੱਗ ਗਿਆ ਮੇਲਾ। ਦੇਖੋ ਜੀ, ਪ੍ਰਿੰਟ ਵੀ ਚੈੱਕ ਕਰੀਓ, ਭਾਵੇਂ ਸੂਟ ਬਣਾ ਲਓ, ਭਾਵੇਂ ਟੌਪ ਬਣਾ ਲਓ, ਨਾਈਟ ਸੂਟ ਬਣਾ ਲਓ, ਇਹ ਸੂਟ ਉਹ ਦਿਖਾ ਰਹੇ ਹਾਂ ਜਿਹੜੇ ਤੁਹਾਨੂੰ ਪਹਿਲਾਂ ਕਨੇਡਾ ਅਮਰੀਕਾ ਤੋਂ ਆਉਂਦੇ ਸੀ, ਪਰ ਹੁਣ ਪਿੰਡਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਸ਼ਹਿਰਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਵੀ ਕਨੇਡਾ ਅਮਰੀਕਾ ਵਾਲਾ ਕੱਪੜਾ ਪਹੁੰਚਾਤਾ ਮਾਤੂ ਸ਼੍ਰੀ ਦਸਤਾਰ ਨੇ। ਰੇਟ ਵੀ ਘੱਟ ਕਰਤੇ, ਕੱਪੜਾ ਇਹ ਵੱਧ ਦੇ ਤਾ, ਹੁਣ ਵੇਟ ਤੁਹਾਡੀ ਕਰਦੇ ਹਾਂ। ਇਹ ਸਿਰਫ 5 ਦਿਨ ਦਾ ਸੂਟਾਂ ਦਾ ਬਹੁਤ ਵੱਡਾ ਮੇਲਾ, 5 ਦਿਨ ਦੀ ਸੇਲ ਲਾਤੀ ਆ, 5 ਦਿਨਾਂ 'ਚ ਆ ਜਾਓ, ਲੱਖਾਂ ਰੁਪਈਏ ਤੁਹਾਡੇ ਵੱਜ ਜਾਣੇ ਆ, ਵਧੀਆ ਕੰਮ ਸ਼ੁਰੂ ਹੋ ਜਾਣਾ। ਜਿਹਨੇ ਆਪਣੇ ਘਰ 'ਚ ਲੈਣ ਲਈ, ਪਾਉਣ ਲਈ ਲੈਣਾ, ਤੁਸੀਂ ਵੀ ਲੈ ਜਾਓ, ਇਦੋਂ ਸਸਤਾ ਕੱਪੜਾ ਨਹੀਂ ਕਿਸੇ ਨੇ ਦੇਣਾ ਤੁਹਾਨੂੰ। ਦੇਖੋ ਜੀ, ਮਸਲੀਨ ਕਾਟਨ ਆ ਗਈ ਹੈ ਜੀ ਪਿਓਰ, 600 ਰੁਪਏ ਦਾ ਸੂਟ ਜੀ, ਇਹ ਵੀ ਬਾਜ਼ਾਰ ਦੇ ਵਿੱਚ 1000-1000 ਦਾ ਆਲ ਓਵਰ ਸੂਟ ਮਿਲਦਾ, ਅਸੀਂ 600 ਰੁਪਏ ਦਾ ਕਰਤਾ, ਇੱਕ ਲੈ ਲਓ, ਹਰ ਇੱਕ ਲੈ ਲਓ, ਜਿੰਨੇ ਮਰਜ਼ੀ ਲੈ ਲਓ। ਔਰ ਆ ਜਾਓ ਗੱਲ ਕਰਦੇ ਹੁਣ ਕਢਾਈਆਂ ਦੀ, ਕਹਿੰਦੇ ਮੈਚਿੰਗ ਬੋਟਮਾਂ, ਪ੍ਰਿੰਟਡ ਕਮੀਜ਼ਾਂ ਤੇ ਪ੍ਰਿੰਟਡ ਕਾਟਨ ਦੇ ਦੁਪੱਟੇ, ਬਾਜ਼ਾਰ ਦੇ ਵਿੱਚ ਰੇਟ ਪਤਾ ਕਰ ਲਓ।
ਆ ਚੈਲੰਜ ਕਰਦੇ ਕੈਮਰੇ ਤੇ ਸ਼ਰੇਆਮ ਭਾਜੀ, ਹੋਲ ਸੇਲ ਕੋਲ ਚਲੇ ਜਾਓ 700 ਰੁਪਏ ਦਾ ਦਊਗਾ, ਰਿਟੇਲਰ ਕੋਲੇ ਚਲੇ ਜਾਓ 1000 ਦਾ ਦਊਗਾ, ਮਾਤੂ ਸ਼੍ਰੀ 500 ਰੁਪਏ ਦਾ ਦਊਗਾ। ਆ ਦੇਖੋ ਜੀ ਲਿਖ ਕੇ ਲਾਤਾ 1000 1100 1200 ਰੁਪਏ ਚ ਵਿਕਣ ਵਾਲਾ ਸੂਟ ਲੈ ਜਾਓ 500 ਰੁਪਏ ਦਾ। ਆ ਦੇਖੋ ਡਿਜ਼ਾਈਨ ਚੈੱਕ ਕਰੀਏ ਤੁਸੀਂ, ਕੱਲੇ ਕੱਲੇ ਸੂਟ ਤੇ ਰੇਟ ਲਿਖ ਕੇ ਲਾਤਾ। ਦੇਖੋ ਚੁੰਨੀ ਵੀ ਕਢਾਈ ਕੱਢੀ ਆ, ਡਿਜ਼ਾਈਨ ਬਹੁਤ ਸੋਹਣਾ, ਗਲੇ ਦੇ ਕਿੰਨਾ ਸੋਹਣਾ ਕੰਮ ਆ, ਕੱਪੜਾ ਵੀ ਸੁਪਰ। ਰੇਟ ਲਿਖ ਕੇ ਲਾਤਾ ਜੀ 750 ਰੁਪਏ, 750 ਰੁਪਏ ਦਾ ਸੂਟ ਦਵਾਂਗੇ। ਅਸੀਂ ਦੁਕਾਨਦਾਰਾਂ ਨੂੰ, ਵੱਡੇ ਵੱਡੇ ਹੋਲਸੇਲਰਾਂ ਨੂੰ ਚੈਲੰਜ ਕਰ ਰਹੇ ਆ, ਸਿੰਗਲ ਸੂਟ ਸਾਡਾ 850 ਰੁਪਏ ਦਾ, ਆਹ ਚੱਕੋ ਨਾਲ ਦੁਪੱਟਾ ਪ੍ਰਿੰਟਡ ਲਾ ਕੇ। ਆਹ ਦੇਖੋ ਜੀ ਪੇਂਟ ਵਾਲੇ ਸੂਟ ਵੀ ਸਾਡੇ ਕੋਲ ਆ ਗਏ ਆ, ਮਤਲਬ ਹਰ ਇੱਕ ਤਰ੍ਹਾਂ ਦੀ ਵਰਾਇਟੀ। ਦੇਖੋ 250 300 400 500 1000 ਤੱਕ ਦੀ ਵਰਾਇਟੀ ਤੁਹਾਨੂੰ ਅਸੀਂ ਇੰਨੀ ਕੁ ਦੇ ਦੇਣੀ ਆ। ਤੁਸੀਂ ਸਾਡੇ ਕੋਲੋਂ 20000 ਰੁਪਏ ਦਾ ਕੱਪੜਾ ਲੈ ਜਾਓ, ਮਹੀਨੇ ਦਾ 50000 ਰੁਪਇਆ ਤੁਸੀਂ ਕਮਾਉਣ ਲੱਗ ਜਾਓਗੇ, ਕਿਉਂਕਿ ਸਮਾਨ ਬਹੁਤ ਸੋਹਣਾ ਆ, ਵਰਾਇਟੀ ਬਹੁਤ ਜ਼ਿਆਦਾ ਆ, ਰੇਟ ਘੱਟ ਲੱਗਣਾ। ਤੁਸੀਂ ਆਪਣੇ ਮੁਹੱਲਿਆਂ 'ਚ ਕੱਪੜਾ ਵੇਚਣਾ, ਤੁਸੀਂ ਪਿੰਡਾਂ 'ਚ ਫੇਰੀ ਲਾ ਕੇ ਵੇਚਣਾ, ਭਾਵੇਂ ਤੁਹਾਡੀਆਂ ਦੁਕਾਨਾਂ, ਭਾਵੇਂ ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਲੁਧਿਆਣੇ ਚਲ ਜਾਓ, ਅੰਬਾਲੇ ਚਲ ਜਾਓ, ਅੰਮ੍ਰਿਤਸਰ ਚਲ ਜਾਓ, ਕਿਤੋਂ ਵੀ ਚਲ ਜਾਓ, ਆਹ ਰੇਟ ਨਹੀਂ ਮਿਲਣੇ, ਰੇਟ ਵੀ ਨਹੀਂ ਮਿਲਣੇ। ਤੁਹਾਨੂੂੰ ਇੱਕ ਸ਼ਰਤ ਹੋਰ ਪਾਂਝੇ ਕਰਤਾ, ਜਿੱਥੇ ਬਾਕੀ ਕਹਿੰਦੇ ਵੀ ਸਾਡੇ ਕੋਲੋਂ ਸੈੱਟ ਬਾਏ ਸੈੱਟ ਲਓ, ਅਸੀਂ ਕਹਿੰਦੇ ਕੋਈ ਸੈੱਟ ਬਾਏ ਸੈੱਟ ਲੈਣ ਦੀ ਲੋੜ ਨਹੀਂ, ਤੁਸੀਂ ਇੱਕ ਇੱਕ ਲੈ ਜਾਓ, ਦੋ ਦੋ ਲੈ ਜਾਓ, ਤੁਸੀਂ ਚੁਣ ਚੁਣ ਕੇ ਲੈ ਜਾਓ, ਜਿੰਨੇ ਮਰਜ਼ੀ ਲੈ ਜਾਓ ਜੀ। ਸਭ ਤੋਂ ਵੱਡਾ ਭਾਰੀ ਮੇਲਾ ਤੇ ਫਾਇਦਾ, ਚੈਲੰਜ ਕਰਦੇ ਆ, ਵੀਡੀਓ ਕੈਮਰੇ ਤੇ ਬੋਲਦੇ ਆ, ਸਾਡੇ ਜਿਹੇ ਰੇਟ ਸਾਡੇ ਜਿਹੀਆਂ ਕੁਆਲਿਟੀਆਂ। ਦੂਜੀ ਗੱਲ ਕੀ ਆ, ਇੱਕ ਛੱਤ ਹੇਠਾਂ ਸਾਰਾ ਕੁਝ ਹੀ ਮਿਲਣਾ, ਸੂਟ ਲੈ ਲਓ, ਕੁੜਤੇ ਪਜਾਮੇ ਲੈ ਲਓ, ਲਹਿੰਗੇ ਸ਼ਰਾਰੇ ਗਰਾਰੇ ਕੋਟ ਪੈਂਟ ਪੱਗਾਂ ਦਸਤਾਰਾਂ ਟਾਈਆਂ ਸਾਰੀਆਂ ਹੀ ਹੋਲ ਸੇਲ ਰੇਟਾਂ ਤੇ ਦਵਾਂਗੇ, ਹੋਲ ਸੇਲ ਰੇਟਾਂ ਤੇ। 5 ਦਿਨ ਦਾ ਟਾਈਮ ਆ, ਸਿਰਫ 5 ਦਿਨ ਦਾ ਟਾਈਮ, ਹੁਣ ਤੁਸੀਂ ਆ ਜਾਓ, ਫਾਇਦੇ ਵੱਡੇ ਕਰਨੇ ਆ। ਮਾਤੂ ਸ਼੍ਰੀ ਦਸਤਾਰ ਕਾਦੀਆਂ ਚੋਣਾ, ਨੰਬਰ ਸਕਰੀਨ ਤੇ ਆ, ਐਡਰੈਸ ਸਕਰੀਨ ਤੇ ਆ, ਕੋਈ ਗੱਲ ਕਰਨੀ ਤਾਂ ਫੋਨ ਤੇ ਤੁਸੀਂ ਗੱਲ ਕਰ ਸਕਦੇ ਆ। ਕੈਮਰਾਮੈਨ ਓਮਸਨ ਦੀ ਨਾਲ ਹਰਦੀਪ ਸਿੰਘ ਤੱਗੜ ਸਾਹ, ਡੀਪੀ ਕਾਦੀਆਂ।